ਠੀਕ ਹੈ ਤੂੰ ਬੰਦਾ ਮੋਟਰਸਾਈਕਲਾਂ ਚੱਲ ਮੈਂ ਲਾਲਸ ਪੁਰ ਤੱਕ ਇਹਨੂੰ ਲੋਕਲ ਯਾਰ ਐਵੇਂ ਲੜਦੇ ਸੋ ਆਪਣੀ ਪੇਰਿੰਗ ਬਗਾਮ ਕਦੇ ਲੜਦੇ ਆ ਲਾਲਾ ਲੋਕਲ ਅਸੀਂ ਇਧਰੋਂ ਜੋ ਲੜਦੇ ਨਹੀਂ ਮੰਨਨੇ ਗਰਮੀ ਉਸੀ ਦਰਬਾਰੀ ਤੋਂ ਲਾਲਸਪੁਰ ਤੱਕ ਲੜਦੇ ਨਹੀਂ ਮੰਨਨੇ ਇਧਰੋਂ ਨਹੀਂ ਮਿਲਦੇ ਯਾਰ ਕੇਰੀ ਦਾ ਪ੍ਰੋਗਰਾਮ ਠੀਕ ਹੈ ਤਾਂ ਆਈ ਥੋੜਾ ਜ਼ਿਆਦਾ ਪਰ ਇਹ ਗੱਲ ਸਕੂਨ ਨਾਲ ਲੈ ਸੋ ਉਹ ਤਾਂ ਮੇਰੇ ਨੇ ਪੈਸੇ ਹੀ ਖੁੱਲਣੋ ਤਾਂ ਮੈਂ ਗਏ ਪਰ ਬਾਹਰ ਵੀ ਕਾਰ ਨਹੀਂ ਆਇਆ ਫਿਰ ਹਜ਼ਾਰ ਵੀ ਚਾਹ ਦੀ ਠੀਕ ਹੀ ਆ ਨਾ ਮਤਲਬ ਹਜ਼ਾਰ ਦੇ ਰਹੇ ਨਾ ਹਜ਼ਾਰ ਦੇ 500 ਤਾਂ ਮੇਰੇ ਕੋਲ ਹੈ ਨਾ ਕਿਰਾਇਆ ਤਾਂ ਉਹ ਸੀ ਕਿਰਾਇਆ ਤਾਂ ਖਾਣਾ ਪੀਣਾ ਨਹੀਂ ਮੈਂ ਰੋਜ਼ਾ ਰੱਖ ਨਹੀਂ ਫੈਸਲ ਭਾਈ ਆਪ ਕਿਆ ਆਪਣੀ ਸਟੇਟਮੈਂਟ ਦੇਣਾ ਚਾਹੇਂਗੇ ਕਿ ਹਮੇਂ ਪ੍ਰਾਈਵੇਟ ਗਾੜੀ ਪਰ ਜਾਣਾ ਚਾਹੀਏ ਜਾਂ ਲੋਕਲ ਗਾੜੀ ਪਰ ਜਾਣਾ ਚਾਹੀਏ ਆਪਕੀ ਕਿਆ ਰਾਏ ਹੈ ਕਿਸ ਮੇਂ ਜ਼ਿਆਦਾਤਰ ਇੰਟਰਟੇਨਮੈਂਟ ਮੇਂ ਤੋ ਮੇਰੀ ਸਮਝ ਮੇਂ ਲੋਕਲ ਗਾੜੀ ਪਰ ਜਾਣਾ ਬਹੁਤ ਬਿਹਤਰ ਹੈ ਉਸ ਤਰ੍ਹਾਂ ਇੰਟਰਟੇਨਮੈਂਟ ਵੀ ਜ਼ਿਆਦਾ ਹੋਤੀ ਹੈ ਪ੍ਰਾਈਵੇਟ ਗਾੜੀ ਲੈ ਕਰ ਜਾਤੇ ਹੈ ਜਬ ਤੋ ਗਾੜੀ ਵਾਲਾ ਕਹਤਾ ਹੈ ਜਲਦੀ ਜਲਦੀ ਕਰੋ ਔਰ ਹਮ ਜੋ ਹੈ ਨਹੀਂ ਉਹ ਆਦੇ ਜਲਦੀ ਨਾ ਕਰੋ ਨਾ ਸਹਿਲਾ ਨੇ ਸਾਰੀ ਤੈੜ ਮਤ ਲੋ ਗੁਮਸ ਦਾ ਨੇ ਮੋਟਰਸਾਈਕਲ ਪਿਓ ਖੜਸਾ ਨਾ ਆਪਣੇ ਨਾ ਇਧਰੋਂ ਲਾਲਸਪੁਰ ਤੱਕ ਨਾ ਉਧਰੋਂ ਵੈਸੇ ਉਹਨਾਂ ਨੇ ਪਣੀਏ ਕੋਲ ਖਿਲਾਰਸਾ ਉਧਰੋਂ ਬਸ ਮਿਲ ਵੀ ਨੀ ਇਧਰੋਂ ਮਿੰਟਾਂ ਚ ਬਹਿ ਕੇ ਸਿੱਧਾ ਜੁਲਸਾ ਬਸ ਅੱਗਾਂ ਕੀ ਲੜੋਦੇ ਇਧਰੋਂ ਹੀ ਲੜੋਦੇ ਨਾ ਪਿਛਲੀ ਵਾਰੀ ਉਹ 2022 ਨੇ ਤੂੰ ਮਾਸ ਹੀ ਮੋਰ ਆ ਜਾਂਦਾ ਬੋ ਕੇ ਆਏ ਆ ਮੁਰਾਦ ਨੇ ਨਜ਼ਰ ਹੀ ਆ ਯਾਰ ਗੱਡੀ ਹੋਵੇ ਤੇ ਜਾ ਸੰਗ ਕਿਦੋ ਯਾਰ ਇੱਕ ਜਦੋਂ ਵੀ ਲਾਈਕ ਵੀ ਮਤਲਬ ਇਸਲਾਮਾਬਾਦ ਇਸਲਾਮਾਬਾਦ ਕਾਫੀ ਸਾਰੀ ਜਾਈਆਂ ਮੇਰਾ ਨਜ਼ਰ ਗਿਆ ਇਹ ਵੇ ਇਧਰੋਂ ਮੋਟਰਸਾਈਕਲਾਂ ਤੇ ਵੈਸਾਂ ਦੋ ਮੋਟਰਸਾਈਕਲ ਹੋਏ ਤਰੇ ਮੋਟਰਸਾਈਕਲ ਹੋਏ 200 ਰੁਪਏ ਪਾਸਾਂ ਪੈਟਰੋਲ ਆਪਣੀ ਮਰਜ਼ੀ ਨਾਲ ਵੈਸਾਂ ਤੇ ਆਪਣੀ ਮਰਜ਼ੀ ਨਾਲ ਆਸਾਂ ਇੱਥੇ ਤਾਂ ਨਹੀਂ ਨਹੀਂ ਬੰਦਾ ਕਿਰਾਇਆ ਵੀ ਜ਼ਿਆਦਾ ਦੇਵੇ ਤੇ ਮਤਲਬ ਨਹੀਂ ਲੱਖ ਹੈ ਤੁਸੀਂ ਮਰਜ਼ੀ ਨਾਲ ਮੈਂ ਆਸਾਂ ਲੈਕਿਨ ਯਾਰ ਇਹ ਪੂਰੀ ਟੈੜੀਆਂ ਮੈਂ ਫਿਰ ਚਾਰਜ ਕਰ ਸਨੇ ਆਟਾ ਨਹੀਂ ਤਾਂ ਗੱਲ ਹੈ ਨਾ ਚਾਰਜ ਕਰ ਸੀ ਜ਼ਿਆਦਾ ਕਿਰਾਇਆ ਕਹਿੰਦੀ ਨਾ ਲੜੋ ਯਾਰ ਜਿਹੜੀ ਹੈ ਉੱਥੋਂ ਮੋਟਰਸਾਈਕਲਾਂ ਤੇ ਵੈਸਾਂ ਨੂੰ ਮੈਂ ਆਪਣਾ ਆਪਣੀ ਨਜ਼ਰ ਹੀ ਹੈ ਹੁਣ ਕਿਰਾਇਆ ਵੀ ਜ਼ਿਆਦਾ ਹੈ ਤੇ ਲਾਲੇ ਉਹਨਾਂ ਕੋਲ 500 ਰੁਪਏ ਵੇ ਆ ਕਿਰਾਇਆ ਨਹੀਂ ਗੱਲ ਨਹੀਂ ਕਿਰਾਇਆ ਬਾਅਦ ਜੋ ਸੀ ਬਾਅਦ ਜਾ ਉਹ ਵੇ ਸੀ ਆ ਉਹ ਬਾਅਦ ਹੀ ਕਿੰਨੇ ਮੈਂ ਤੇ ਕੀ ਸਜੈਸ਼ਨ ਹੈ ਤੁਸਾਂ ਨੇ ਕੀ ਰਾਏ ਨਹੀਂ ਫਿਰ ਵੀ ਤੁਸੀਂ ਦੱਸੋ ਨਾ ਕੀ ਬੇਤੁਰ ਹੈ ਤੇ ਗੱਡੀ ਕੇਰੀ ਨਹੀਂ ਦੇ ਬਾਕੀ ਤੁਸੀਂ ਸਲਾਹਕਾਰ ਕਰੋ ਸਲਾਹਕਾਰ ਨਹੀਂ ਗੱਲ ਤੇ ਇਹ ਵੇ ਨਾ ਹਾਂ ਕਿਰਾਇਆ ਵੀ ਦੇ ਦੇ ਨਾ ਫਿਰ ਉਸ ਗੱਲਾਂ ਵੀ ਵੇਖ ਰਹੇ ਨਾ ਤੇ ਖਾਲੀ ਸਲਾਹ ਆਈ ਨਾ ਵਕਤ ਹੀ ਨਹੀਂ ਰਾ ਕਿਸੇ ਸੇਵਾ ਕਰਨੇ ਦਾ ਗੱਲ ਗਾਲੇ ਮੈਂ ਛੋੜ ਹੁਣ ਇਹ ਜੇ ਗੱਲ ਬਸ ਜ਼ਿਆਦਾ ਚਾਹ ਰਾਤੀ ਹਾਫ ਪੇਮੈਂਟ ਕਲੀਅਰ ਕਰ ਲਈ ਹਾਫ ਪੇਮੈਂਟ ਵਕਤ ਹੀ ਨਹੀਂ ਰਾ ਕਿਸੇ ਸੇ ਵਫਾ ਕਰਨੇ ਕਾ ਗਾਲਿਬ ਅੱਜ ਸੇ ਜ਼ਿਆਦਾ ਚਾਹੋ ਤੋ ਲੋਕ ਮਤਲਬ ਹੀ ਸਮਝ ਲੇਤੇ ਹੈ।